मिस पूजा मेरे लिए असल विच रब बन के ही आई सी। यानी रंजिश कड़न नूं फिरदे ने बाबू मांझ दे नाल, मेरे उत्ते किड्डा वड्डा बोझ सी। मैं डरिया होया और डर डर विच ही मैं काम कर वो मैनू इस फिल्म दे विच लैण नूं तैयार ही। उन्हां दी लड़ाई चल रही आ राइजिंग स्टार अवार्ड, इट मीनस जनता तों तुसीं वोटां एवें किसी ना किसी तरीके ना मोड़ के उन्हों तोड़ मरोड़ के कुछ होर ही दिखा दिता, कुछ होर दस दिता। सत श्री अकाल दोस्तों, मैं थोड़े अपने सतवीर सत्ती ते तुसीं वेख रहे हो चैनल सतरंग दा प्रोग्राम सतरंग सैलीब्रिटी। ਅਤੇ ਅੱਜ ਤੁਹਾਨੂੰ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਮੈਂ ਰੂਬਰੂ ਐਸੀ ਇੱਕ ਸ਼ਖਸੀਅਤ ਨਾਲ ਕਰਵਾਉਣ ਜਾ ਰਿਹਾ ਜਿਨ੍ਹਾਂ ਨੇ ਕਿ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ ਅਤੇ ਬਹੁਤ ਜ਼ਿਆਦਾ ਹਿੱਟ ਗਾਣੇ ਐਜ਼ ਅ ਮਾਡਲ ਇੰਡਸਟਰੀ ਨੇ ਦਿੱਤੇ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਅਤੇ ਐਜ਼ ਆ ਫਿਰ ਡਾਇਰੈਕਟਰ ਵੀ ਬਹੁਤ ਸਫਲ ਗਾਣੇ ਦਿੱਤੇ ਅਤੇ ਹੁਣ ਐਜ਼ ਐਨ ਐਕਟਰ ਵੀ ਬਹੁਤ ਪੰਜਾਬੀ ਫਿਲਮਾਂ ਇੰਡਸਟਰੀ ਨੂੰ ਦੇ ਰਹੇ ਨੇ। ਸੋ ਸਵਾਗਤ ਕਰਦਾ ਜੀ ਵਿਕਟਰ ਜੌਨ ਜੀ ਦਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਤਰੰਗ ਚੈਨਲ ਦੇ ਸਬਸਕ੍ਰਾਈਬਰ ਨੇ, ਜਿੰਨੇ ਵੀ ਆਡੀਅੰਸ ਆ, ਉਹਨਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਸਲਾਮ। ਸਰ ਕਿੱਦਾਂ ਲੱਗ ਰਿਹਾ ਸਾਡੇ ਸਟੂਡੀਓ? ਬਹੁਤ ਵਧੀਆ ਲੱਗ ਰਿਹਾ ਜੀ। ਤੁਹਾਡੇ ਨਾਲ ਤਾਂ ਆਪਣੀ ਜਿਹੜੀ ਉਹ ਕਦੇ ਕਦੇ ਮੁਲਾਕਾਤ ਹੋਈ ਹੈ ਜਦੋਂ ਬਹੁਤ ਛੋਟੇ ਸੀਗੇ ਜੀ, ਅਤੇ ਬੜੀ ਖੁਸ਼ੀ ਹੋ ਰਹੀ ਕਿ ਤੁਸੀਂ ਅੱਜ ਇਸ ਤਰੀਕੇ ਨਾਲ ਹੋਸਟ ਕਰ ਰਹੇ ਹੋ। ਅਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਵੀ ਹਾਂ ਯਾਰ, ਜਿਹਨਾਂ ਨੂੰ ਆਪਾਂ ਛੋਟੇ ਹੁੰਦਿਆਂ ਮਿਲਦੇ ਸੀ, ਇੰਨਾ ਵੱਡਾ ਵੀ ਨਹੀਂ ਹੋਇਆ, ਲੇਕਿਨ ਵਾਕਿਆ ਤੁਸੀਂ ਛੋਟੇ ਸੀ। ਬੜੀ ਖੁਸ਼ੀ ਹੋਈ ਇਸ ਗੱਲ ਦੀ ਜੀ। ਭਾਅ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਆਪ ਵੀ, ਕਿਉਂਕਿ ਬਚਪਨ ਦੇ ਵਿੱਚ ਮਿਲਦਾ ਰਿਹਾ ਹੈ ਨਾ, ਅਤੇ ਬਚਪਨ ਤੋਂ ਦੇਖਦਾ ਰਿਹਾ। ਪਹਿਲਾਂ ਤਾਂ ਤੁਹਾਨੂੰ ਟੀਵੀ ਦੇ ਉੱਤੇ ਇੰਨਾ ਜ਼ਿਆਦਾ ਮਤਲਬ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਸੀ ਯਾਰ ਮੁੰਡਾ ਬਿੱਲੀ ਅੱਖਾਂ ਜਿਹੜਾ, ਬਹੁਤ ਵਧੀਆ ਮੁੰਡਾ ਗਾਣੇ ਦੇ ਵਿੱਚ, ਹਰ ਗਾਣੇ ਦੇ ਵਿੱਚ, ਤਕਰੀਬਨ ਹਰ ਗਾਣੇ ਦੇ ਵਿੱਚ। ਦੇਖੋ ਉਹ ਮਾਹੌਲ ਇੱਦਾਂ ਦਾ ਸੀਗਾ ਕਿ ਆਪਣਾ ਜਦੋਂ ਡਿਊਟ ਗਾਣਿਆਂ ਦਾ ਦੌਰ ਚੱਲਿਆ ਜੀ, ਅਤੇ ਮਿਸ ਪੂਜਾ ਜੀ ਨੇ ਐਂਟਰੀ ਮਾਰੀ ਹੈ। ਮੈਂ ਤੁਹਾਨੂੰ ਤਾਂ ਕਹਾਂਗਾ ਮਿਸ ਪੂਜਾ ਮੇਰੇ ਲਈ ਅਸਲ ਵਿੱਚ ਰੱਬ ਬਣ ਕੇ ਹੀ ਆਏ ਸੀਗੇ ਜੀ, ਉਹਨੇ ਡਿਊਟ ਗਾਣੇ ਆਉਣੇ ਸੀਗੇ। ਅਤੇ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ, ਔਰ ਵਾਕਿਆ ਲੋਕ ਜਦੋਂ ਮਿਲਦੇ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਭਾਈ ਦੂਸਰੇ ਤੀਸਰੇ ਚੌਥੇ ਗਾਣੇ ਦੇ ਵਿੱਚ ਜਿਹੜੇ ਤੁਸੀਂ ਹੁੰਦੇ ਹੀ ਹੁੰਦੇ ਹੋ, ਤੁਸੀਂ ਹੁੰਦੇ ਹੀ ਹੁੰਦੇ ਹੋ ਜੀ। ਸੋ ਇਹ ਕਿ ਉਹਨਾਂ ਦਾ ਪਿਆਰ ਆ, ਦਰਸ਼ਕਾਂ ਦਾ ਪਿਆਰ ਆ, ਔਰ ਰੱਬ ਦੀ ਮਿਹਰ ਬਣ ਜੀ। ਬਿਲਕੁਲ ਭਾਈ, ਅਤੇ ਤੁਹਾਡਾ ਕੰਮ ਵੀ ਭਾਈ ਬਹੁਤ ਵਧੀਆ। ਉਸ ਟਾਈਮ ਲੋਕ ਅੱਜ ਵੀ ਈਵਨ ਕਿ ਫਿਲਮਾਂ ਦੇ ਵਿੱਚ ਵੀ ਲਗਾ ਲਓ, ਭਾਵੇਂ ਗਾਣੇ ਦੇ ਵਿੱਚ ਵੀ, ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ, ਹੈ ਨਾ, ਜਿਸ ਕਰਕੇ ਸਾਰਾ ਕੁਛ ਪੋਸੀਬਲ ਹੁੰਦਾ। ਅਤੇ ਭਾਅ ਜੀ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਇੰਨਾ ਗੈਪ ਕਿਉਂ, ਮਤਲਬ ਕਿ ਇੰਨੇ ਕਾਫੀ ਗਾਣੇ ਤੋਂ ਬਾਅਦ ਹੁਣ ਫਿਰ ਫਿਲਮਾਂ ਕੀਤੀਆਂ, ਉਸ ਤੋਂ ਬਾਅਦ ਕਾਫੀ ਫਿਲਮਾਂ ਤੋਂ ਬਾਅਦ ਫਿਰ ਗੈਪ? ਦੇਖੋ ਗੈਪ ਜਿਹੜਾ ਨਾ, ਗੈਪ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਜਦ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਗੈਪ ਨਹੀਂ ਹੁੰਦਾ ਜਾਂ ਗੈਪ ਆਉਂਦਾ ਨਹੀਂ ਆ, ਅਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਉਣ ਵਾਲੇ ਸਮੇਂ ਦਾ ਜਿਹੜਾ ਉਹ ਸਾਹਮਣਾ ਕਰ ਸਕਦੇ ਹੋ। ਇਹ ਗੈਪ ਜਿਹੜਾ ਵਾ ਕਿ ਮੈਂ ਕੰਮ ਕੀਤਾ ਰੈਗੂਲਰ, ਐਸਾ ਨਹੀਂ ਆ। ਹਸ਼ਰ ਫਿਲਮ ਜਦੋਂ ਆਈ ਹੈ ਮੇਰੀ ਬੱਬੂ ਭਾਅ ਜੀ ਦੇ ਉਹਨਾਂ ਨਾਲ, ਅਤੇ ਬੱਬੂ ਮਾਨ ਜੀ ਦੇ ਨਾਲ, ਅਤੇ ਉਹ ਹਸ਼ਰ ਫਿਲਮ ਤੋਂ ਬਾਅਦ ਜੇ ਸੀ ਗਾਣਿਆਂ ਦਾ ਦੌਰ ਵੀ ਘੱਟ ਰਿਹਾ ਸੀਗਾ, ਅਤੇ ਜਿਵੇਂ ਜਿਵੇਂ ਕਿ ਗਾਣੇ ਆਪਣਾ ਡਿਊਟ ਸੌਂਗ ਲੁਪਤ ਹੋ ਰਹੇ ਸੀ, ਸੋਲੋ ਆ ਰਿਹਾ ਸੀ, ਰੈਪ ਆ ਰਿਹਾ ਸੀਗਾ, ਟ੍ਰੈਂਡ ਚੇਂਜ ਹੋ ਰਿਹਾ ਸੀਗਾ ਸਾਰਾ, ਅਤੇ ਉਵੇਂ ਉਵੇਂ ਫਿਲਮਾਂ ਦਾ ਮਾਹੌਲ ਵੀ ਵੱਧ ਰਿਹਾ ਸੀਗਾ। ਜਿਵੇਂ ਜਿਵੇਂ ਫਿਲਮਾਂ ਦਾ ਮਾਹੌਲ ਵੱਧ ਰਿਹਾ ਸੀਗਾ, ਉਵੇਂ ਉਵੇਂ ਜੋ ਕਿ ਆਪਣਾ ਹਰ ਕਿਸੇ ਦਾ ਰੋਜ਼ਾਨਾ ਫਿਲਮਾਂ ਵੱਲ ਹੋ ਰਿਹਾ ਸੀ। ਮਿੱਟੀ ਫਿਲਮ ਕੀਤੀ ਮੀਕਾ ਜੀ ਦੇ ਨਾਲ, ਜਤਿੰਦਰ ਮੌਰ ਔਰ ਸੈਮੂਅਲ ਜੌਨ ਜੀ ਨੇ, ਮਤਲਬ ਜਿਸ ਤਰੀਕੇ ਨਾਲ ਮਿੱਟੀ ਫਿਲਮ 'ਚ ਮੈਨੂੰ ਸਿਖਾਇਆ, ਗਾਈਡ ਕੀਤਾ ਜਤਿੰਦਰ ਮੌਰ ਜੀ ਦੀ ਖੁਦ ਹੀ ਲਿਖੀ ਹੋਈ ਹੈ ਫਿਲਮ ਹੈ, ਅਤੇ ਉੱਧਰ ਨੂੰ ਰੁਕ ਕੀਤਾ। ਫਿਰ ਸਿਕੰਦਰ ਫਿਲਮ ਲਗਾਓ ਤੁਸੀਂ ਜੀ, ਠੀਕ ਹੈ, ਅਤੇ ਸਿਆਸਤ ਫਿਲਮ ਆਈ ਵਿੱਚ ਗੱਗੂ ਵੀਰ ਦੇ ਨਾਲ, ਕਰਤਾਰ ਚੀਮਾ ਜੀ, ਗੱਗੂ ਵੀਰ ਜੀ, ਮੈਂ ਇਕੱਠੇ ਸੀ ਉਸਦੇ ਵਿੱਚ। ਫਿਰ ਤੂਫਾਨ ਸਿੰਘ ਆਈ ਫਿਲਮ ਥੋੜ੍ਹੇ ਜਿਹੇ ਟਾਈਮ ਤੋਂ ਬਾਅਦ, ਉਹ ਤੂਫਾਨ ਸਿੰਘ ਫਿਲਮ ਜਿਹੜੀ ਆਪਣੀ ਇੰਡੀਆ ਦੇ ਵਿੱਚ ਜਿਹੜੀ ਉਹ ਰਿਲੀਜ਼ ਨਹੀਂ ਹੋਈ, ਬੈਨ ਕਰ ਦਿੱਤੀ ਗਈ, ਈਵਨ ਯੂਟਿਊਬ ਦੇ ਉੱਤੇ ਹਰ ਕੋਈ ਉਸ ਫਿਲਮ ਤੋਂ ਵਾਕਫ ਆ। ਫਿਰ ਜੋ ਕਿ ਆਪਣਾ ਓਵਰਸੀਜ਼ ਦੇ ਵਿੱਚ ਹੋਈ, ਕਾਫੀ ਮਤਲਬ ਲੋਕਾਂ ਨੇ ਮਤਲਬ ਸਲਾਇਆ ਉਸ ਫਿਲਮ ਨੂੰ, ਸਲਾਇਆ ਜੀ, ਕੰਮ ਚੱਲ ਰਿਹਾ, ਰੈਗੂਲਰ ਹੋ ਰਿਹਾ, ਕਰੀ ਜਾ ਰਹੇ ਹਾਂ, ਬਟ ਕਿ ਉਹ ਕਿਵੇਂ ਕਿਵੇਂ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ, ਕਈ ਵਾਰੀ ਕੰਮ ਦਾ ਲੇਟ ਹੋ ਜਾਣਾ ਜੀ, ਅਤੇ ਉਵੇਂ ਹੀ ਆ ਬਸ। ਇੱਕ ਟਾਈਮ ਜੇ ਜੌਨ ਵਿਕਟਰ ਹਮੇਸ਼ਾ, ਵਿਕਟਰ ਜੌਨ ਹਮੇਸ਼ਾ ਸਕਰੀਨ ਦੇ ਉੱਤੇ ਰਹਿਣਾ ਹੈ ਨਾ, ਗਾਣੇ ਦੇ ਉੱਤੇ, ਭਾਵੇਂ ਉਹ ਕੁਲਵਿੰਦਰ ਢਿੱਲੋਂ ਜੀ ਦੇ ਲਗਾ ਲਓ, ਹੈ ਨਾ, ਮਿਸ ਪੂਜਾ ਜੀ ਦੇ ਲਗਾ ਲਓ, ਹਰ ਇੱਕ ਪੰਜਾਬੀ ਆਰਟਿਸਟ ਹੈ ਨਾ ਜੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ, ਉਹਨਾਂ ਦੇ ਹਰ ਗਾਣੇ ਦੇ ਵਿੱਚ ਐਜ਼ ਅ ਮਾਡਲ ਇੱਕ ਹੀ ਮਾਡਲ ਦਿਖਾਈ ਦਿੰਦਾ ਹੈ ਨਾ, ਅਵਨਿਸ਼ਤਰ ਗਿੱਲ ਜੀ ਦਾ। ਇਸ ਕਰਕੇ ਲੋਕਾਂ ਨੂੰ ਫਿਰ ਤਾਂ ਵੀ ਲੱਗਦਾ ਕਿ ਇੰਨਾ ਜ਼ਿਆਦਾ ਬੰਦਾ ਸਕਰੀਨ ਦੇ ਉੱਤੇ ਆਉਣ ਵਾਲਾ ਅਤੇ ਫਿਲਮਾਂ ਦੇ ਵਿੱਚ ਕਿਉਂਕਿ ਦਰਸ਼ਕ ਜਿਹੜੇ ਨੇ ਜੀ, ਇਹ ਜਦੋਂ ਆਪਣਾ ਦਿਲ ਕਿਸੇ ਕਲਾਕਾਰ ਦੇ ਨਾਲ ਲਗਾ ਲੈਂਦੇ ਨੇ, ਈਵਨ ਕਿਸੇ ਨਾਲ ਵੀ ਲਗਾ ਲੈਂਦੇ ਨੇ ਦਰਸ਼ਕ ਦੇ ਰੂਪ ਦੇ ਵਿੱਚ, ਅਤੇ ਉਦੋਂ ਉਹਨਾਂ ਨੂੰ ਉਹ ਹੋਪਸ ਜ਼ਿਆਦਾ ਵੱਧ ਜਾਂਦੀ ਉਹਨਾਂ ਦੀ ਜੀ, ਉਸ ਤੋਂ ਉਮੀਦ ਜ਼ਿਆਦਾ ਹੋ ਜਾਂਦੀਆਂ ਨੇ, ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣਾ ਪ੍ਰੋਬਲਮ ਲਗਾ ਲਓ ਜਾਂ ਜ਼ਿੰਦਗੀ ਦੀ ਪ੍ਰੋਬਲਮ ਲਗਾ ਲਓ ਜਾਂ ਫਿਰ ਤੁਸੀਂ ਆਪਣੇ ਕਿਸੇ ਕੰਮ ਦੀ ਪ੍ਰੋਬਲਮ ਲਗਾਉਣ ਕਰਕੇ ਕੋਈ ਵੀ ਮਤਲਬ ਜ਼ਿੰਦਗੀ 'ਚ ਕੁਛ ਆ ਜਾਂਦਾ ਕਲਾਕਾਰ ਦੇ, ਅਤੇ ਉਹ ਥੋੜ੍ਹਾ ਜਿਹਾ ਗੈਪ ਲੱਗਣ ਲੱਗ ਪੈਂਦਾ ਯਾਰ, ਜਿਵੇਂ ਉਹ ਦੇਖਦਾ ਸੀਗਾ ਕੰਟੀਨਿਊਸਲੀ ਜੀ, ਕੰਟੀਨਿਊਸਲੀ ਜਿਵੇਂ ਦੇਖ ਰਿਹਾ ਵਾ, ਅਤੇ ਉਵੇਂ ਉਹ ਨਜ਼ਰ ਨਹੀਂ ਆ ਰਿਹਾ ਸਾਨੂੰ,
ਅਤੇ ਉਹ ਕਿਉਂਕਿ ਉਹਨਾਂ 'ਤੇ ਜ਼ਿਆਦਾ ਹੋਪ ਆ, ਉਹ ਜ਼ਿਆਦਾ ਮੁਹੱਬਤ ਕਰਦੇ ਨੇ, ਉਹ ਜਿਵੇਂ ਉਹ ਮੈਨੂੰ ਗਾਣਾ ਦੇਖਣਾ ਚਾਹੁੰਦੇ ਸੀ ਕਿ ਹਰ ਵੀਕ ਦੇ ਵਿੱਚ ਜੇ 5 ਜਾਂ 7 ਗਾਣੇ ਰਿਲੀਜ਼ ਹੋ ਰਹੇ ਨੇ ਉਹਨਾਂ ਵਿੱਚੋਂ 4 ਜਾਂ 5 4 ਜਾਂ 5 ਗਾਣੇ ਮੇਰੇ ਹੁੰਦੇ ਸੀਗੇ, ਅਤੇ ਉਵੇਂ ਜਿਹੜਾ ਇਹ ਫਿਲਮਾਂ ਇਹਨੂੰ ਟਾਈਮ ਲੱਗਦਾ ਵਾ, 6 ਮਹੀਨੇ, ਸਾਲ ਵੀ ਲੱਗ ਜਾਂਦੇ, 1.5 ਸਾਲ ਵੀ ਲੱਗ ਜਾਂਦੇ, ਕਈ ਫਿਲਮ 2 ਸਾਲ ਵੀ ਲੱਗ ਜਾਂਦੇ ਨੇ। ਸੋ ਮੈਨੂੰ ਮੁਹੱਬਤ ਕਰਦੇ ਰਹੋ, ਦਰਸ਼ਕਾਂ ਨੂੰ ਇਹ ਕਹਿ ਦਿੰਦਾ ਜਿਵੇਂ ਤੁਸੀਂ ਮੁਹੱਬਤ ਕਰਦੇ ਸੀ ਮੈਨੂੰ, ਉਵੇਂ ਮੁਹੱਬਤ ਬਖਸ਼ ਕਰਦੇ, ਦੁਆਵਾਂ ਦਵੋ ਜੀ ਬਿਲਕੁਲ ਜੀ, ਅਤੇ ਮੈਂ ਲੈ ਕੇ ਆ ਰਿਹਾ ਕੰਮ ਤੁਹਾਡੇ ਲਈ ਜੀ। ਕਿਆ ਬਾਤ ਹੈ ਭਾਅ ਜੀ, ਅਤੇ ਆਪਾਂ ਭਾਅ ਜੀ ਹੁਣ ਗੱਲ ਕਰਦੇ ਹਾਂ ਇੱਕ, ਤੁਸੀਂ ਐਜ਼ ਅ ਮਾਡਲ ਇਸ ਇੰਡਸਟਰੀ ਦੇ ਵਿੱਚ ਪੈਰ ਧਰਿਆ ਸੀ, ਹੈ ਨਾ, ਅਤੇ ਹੁਣ ਐਜ਼ ਐਨ ਐਕਟਰ ਬਹੁਤ ਵਧੀਆ ਕੰਮ ਕਰ ਰਹੇ ਹੋ, ਅਤੇ ਤੁਸੀਂ ਡਾਇਰੈਕਸ਼ਨ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ, ਕਿੱਦਾਂ ਰਿਹਾ ਉਹ ਤਿੰਨੇ ਐਕਸਪੀਰੀਅੰਸ ਤੁਹਾਡੇ? ਦੇਖੋ ਇਹ ਜਿਸ ਹਿਸਾਬ ਨਾਲ ਸਤਵੀਰ ਜੀ ਤੁਸੀਂ ਦੱਸ ਰਹੇ ਹੋ ਨਾ, ਇਹ ਤਿੰਨੇ ਚੀਜ਼ਾਂ ਮੈਂ ਸਮਝਦਾ ਮੇਰੇ ਹਿਸਾਬ ਦੇ ਨਾਲ ਡਿਪਾਰਟਮੈਂਟ ਇੱਕ ਆ, ਲੇਕਿਨ ਇਹਦੇ ਕੈਬਨ ਅਲੱਗ ਅਲੱਗ ਨੇ ਜੀ। ਇਹ ਕੈਬਨ ਅਲੱਗ ਅਲੱਗ ਹੋਣ ਕਰਕੇ ਹਰ ਕੈਬਨ ਦਾ ਇੱਕ ਆਪਣਾ ਆਪਣਾ ਰਜਿਸਟਰ ਆ ਜੀ, ਹਰ ਕੈਬਨ ਦਾ ਇੱਕ ਆਪਣਾ ਆਪਣਾ ਐਕਸਪੀਰੀਅੰਸ ਆ, ਹਰ ਕੈਬਨ ਦੇ ਇੱਕ ਆਪਣੇ ਆਪਣੇ ਲਾਈਨਸ ਨੇ ਜੀ। ਜੇ ਮੈਂ ਮਾਡਲਿੰਗ ਦੇ ਵਿੱਚ ਉਤਰਿਆ ਸੀ ਤਾਂ ਇੱਕ ਮਾਡਲ ਦੀ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਕੰਮ ਕਰਨ ਦੀ ਜੀ, ਲੋਕਾਂ ਨੇ ਐਕਸੈਪਟ ਕੀਤਾ। ਜੇ ਮੈਂ ਆਪਣਾ ਡਾਇਰੈਕਸ਼ਨ ਦੇ ਵਿੱਚ ਉਤਰਿਆ ਅਤੇ ਜਿੰਨਾ ਕੁ ਮੈਂ ਜਾਣ ਸਕਦਾ ਸੀ, ਲੇਕਿਨ ਮੈਨੂੰ ਸਿੱਖਣਾ ਸੀਗਾ, ਅਦਾਕਾਰੀ ਵੱਲ ਜਾਣਾ ਸੀਗਾ, ਮੈਂ ਅਦਾਕਾਰੀ ਸਿੱਖ ਰਿਹਾ ਸੀਗਾ, ਕਿਉਂਕਿ ਕੈਮਰੇ ਦੇ ਨਾਲ ਰਹਿ ਕੇ ਜਾਂ ਕੈਮਰੇ ਦੇ ਪਿੱਛੇ ਰਹਿ ਕੇ ਜੀ, ਉਹ ਫਰੰਟ 'ਤੇ ਰਹਿ ਕੇ, ਇਹ ਤਿੰਨੇ ਅਲੱਗ ਅਲੱਗ ਐਕਸਪੀਰੀਅੰਸ ਨੇ ਜੀ। ਕੈਮਰੇ ਦੇ ਪਿੱਛੇ ਹੋਣਾ, ਸਾਹਮਣੇ ਹੋਣਾ ਔਰ ਕੈਮਰੇ ਦੇ ਨਾਲ ਹੋਣਾ, ਇਹ ਤਿੰਨੇ ਅਲੱਗ 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 ਐਕਸਪੀਰੀਅੰਸ ਨੇ। ਇਹਨਾਂ ਅਲੱਗ ਅਲੱਗ ਐਕਸਪੀਰੀਅੰਸ ਦੇ ਕਰਕੇ ਹੀ ਜਿਹੜਾ ਵਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਕਿਆ ਬਾਤ ਹੈ ਭਾਅ ਜੀ, ਅਤੇ ਬਾਕੀ ਭਾਅ ਜੀ ਹੁਣ ਤੱਕ ਸਾਰੀਆਂ ਫਿਲਮਾਂ ਦੇ ਵੀ ਤੁਹਾਡੇ ਡਾਇਰੈਕਟਰ ਸਾਰਿਆਂ ਨੇ ਬਹੁਤ ਪਸੰਦ ਕੀਤੇ ਜੀ, ਅਤੇ ਹੁਣ ਜੋ ਨਵੀਂ ਆ ਰਹੀ ਫਿਲਮ ਤੁਹਾਡੀ ਜਿੰਦਗੀ, ਪਹਿਲਾਂ ਤਾਂ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਅਤੇ ਟ੍ਰੇਲਰ ਦੇਖਿਆ, ਬਹੁਤ ਜ਼ਿਆਦਾ ਰਿਸਪੋਂਸ ਵੀ ਦੇ ਰਹੇ ਨੇ ਲੋਕ, ਬਹੁਤ ਜ਼ਿਆਦਾ ਪਿਆਰ ਵੀ ਦੇ ਰਹੇ ਨੇ, ਅਤੇ 2 ਨਵੰਬਰ ਨੂੰ ਫਿਲਮ ਰਿਲੀਜ਼ ਵੀ ਹੋਣ ਵਾਲੀ ਹੈ, ਅਤੇ ਲੋਕਾਂ ਨੂੰ ਉਡੀਕ ਵੀ ਉਸ ਫਿਲਮ ਦੀ ਜੀ। ਅਤੇ ਪਹਿਲਾਂ ਆਪਣੇ ਕਰੈਕਟਰ ਬਾਰੇ ਥੋੜ੍ਹਾ ਜਿਹਾ ਉਸ ਫਿਲਮ ਦੇ ਦੱਸੋ। ਮੇਰਾ ਕਰੈਕਟਰ ਭਾਅ ਜੀ ਫਿਲਮ ਦੇ ਵਿੱਚ, ਮੈਂ ਵਿਲਨ ਆ ਰਿਹਾ ਬਤੌਰ ਵਿਲਨ ਇਸ ਫਿਲਮ ਦੇ ਵਿੱਚ, ਔਰ ਵਿਲਨ ਇੱਕ ਉਹ ਵਿਲਨ ਨਹੀਂ ਹੈ ਕਿ ਜਿਹੜਾ ਆਪਣਾ ਛੋਟਾ ਮੋਟਾ ਜਾਂ ਥੋੜ੍ਹਾ ਬਹੁਤਾ, ਵਿਲਨ ਤਾਂ ਵਿਲਨ ਹੁੰਦਾ ਵਾ ਜੀ, ਲੇਕਿਨ ਸਟੋਰੀ ਦੇ ਹਿਸਾਬ ਨਾਲ ਇਹ ਵਿਲਨ ਦਾ ਕੁਛ ਅਲੱਗ ਤੋਂ ਹੀ ਰੂਪ ਆ, ਉਹ ਜਦੋਂ ਦਰਸ਼ਕ ਦੇਖਣਗੇ ਜੀ ਤਾਂ ਆਪਣੇ ਆਪ ਉਹ ਇਸ ਗੱਲ ਨੂੰ ਐਕਸੈਪਟ ਕਰਨਗੇ, ਸਲੋਣਗੇ, ਕਿਉਂਕਿ ਜਿਵੇਂ ਮੈਂ ਸਮਝਦਾ ਕਿ ਹਸ਼ਰ ਫਿਲਮ ਤੋਂ ਜੋ ਹੈ ਲੋਕਾਂ ਨੇ ਜਿੰਨੀ ਮੁਹੱਬਤ ਬਖਸ਼ੀ ਹੈ ਇਸ ਬਾਵੇ ਦੇ ਕਰੈਕਟਰ ਨੂੰ, ਕਿਉਂਕਿ ਮੋਸਟਲੀ ਲੋਕ ਜਿਹੜੇ ਆ ਆਪਣੇ ਬਾਵੇ ਦੇ ਨਾਂ ਦੇ ਨਾਲ ਅੱਜ ਵੀ ਪੁਕਾਰਦੇ ਨੇ ਮੈਨੂੰ ਜੀ, ਅਤੇ ਉਹ ਜਿੰਨਾ ਉਹਨਾਂ ਨੇ ਉਹ ਮੁਹੱਬਤ ਤਕਰੀਬਨ ਲੋਕਾਂ ਨੂੰ ਇਹੀ ਪਛਾਣਿਆ ਹੈ ਨਾ, ਉਹ ਹਸ਼ਰ ਵਾਲਾ ਬਾਵਾ ਹਸ਼ਰ। ਜੀ 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 ਬਿਲਕੁਲ, ਐਵੇਂ ਇੱਦਾਂ ਹੀ ਹੁੰਦਾ ਜੀ ਜੀ। ਉਹ ਕਾਰਨ ਕੀ ਹੈ ਕਿ ਮੈਨੂੰ ਭਰੋਸਾ ਇਸ ਗੱਲ 'ਤੇ ਕਿ ਇਹ ਫਿਲਮ ਦੇ ਵਿੱਚ ਵੀ ਮੈਨੂੰ ਆਪਣਾ ਲੋਕ ਇਸ ਤਰੀਕੇ ਨਾਲ ਹੀ ਜੋ ਹੈ ਉਹ ਪਛਾਣਨਗੇ ਜੀ, ਔਰ ਉੱਦਾਂ ਹੀ ਪੁਕਾਰਨਗੇ। ਅਤੇ ਅਗਰ ਆਪਾਂ ਗੱਲ ਕਰੀਏ ਇਸ ਫਿਲਮ ਦੇ ਟੀਮ ਦੀ, ਹੋਰ ਨਾਲ ਤੁਹਾਡੇ ਨਾਲ ਦੇਵ ਖਰੌੜ, ਹੋਰ ਕੌਣ ਕੌਣ ਇਸ ਫਿਲਮ ਦੇ ਵਿੱਚ? ਦੀਪ ਢਿੱਲੋਂ ਜੋ ਸਿੰਗਰ ਨੇ, ਉਹ ਵੀ ਡੈਬਿਊ ਕਰਨ ਜਾ ਰਹੇ ਨੇ? ਜੀ ਜੀ ਬਿਲਕੁਲ, ਆਪਣਾ ਦੇਵ ਖਰੌੜ ਜੀ ਨੇ, ਦੀਪ ਢਿੱਲੋਂ ਜੀ ਨੇ ਜੀ, ਔਰ ਜੀ ਡੀ ਜੀ ਜਿਹੜੇ ਫਿਲਮ ਦੇ ਪੜੋਸਰ ਨੇ ਉਹ ਵੀ ਬਹੁਤ ਅੱਛਾ ਕਰੈਕਟਰ ਕਰ ਰਹੇ ਨੇ ਇਸ ਦੇ ਵਿੱਚ, ਔਰ ਪ੍ਰੇਮ ਚੋਪੜਾ ਜੀ ਜੀ, ਗੱਗੂ ਗਿੱਲ ਜੀ ਨੇ, ਪ੍ਰਮੋਦ ਮਾਥੂ ਜੀ ਨੇ ਜੀ, ਦ੍ਰਿਸ਼ਟੀ ਗਰੇਵਾਲ ਉਹ ਨੇ ਇਸ ਸਟਾਰਕਾਸਟ ਸਾਰੀ, ਬਹੁਤ ਅੱਛਾ ਮਤਲਬ ਆਪਣਾ ਸਾਰਿਆਂ ਦੇ ਨਾਲ ਅੱਛਾ ਐਕਸਪੀਰੀਅੰਸ ਰਿਹਾ ਕੰਮ ਕਰਨ ਦਾ, ਕਿਉਂਕਿ ਪ੍ਰੇਮ ਚੋਪੜਾ ਨੂੰ ਆਪਾਂ ਛੋਟੇ ਹੁੰਦੇ ਦੇਖ ਜਾ ਰਹੇ ਸੀ ਇਸ ਤਰੀਕੇ ਨਾਲ ਉਹਨਾਂ ਨਾਲ ਕੰਮ ਕਰਨਾ, ਤੁਹਾਨੂੰ ਕੰਮ ਵੀ ਸੌਖਾ ਹੋ ਗਿਆ ਕਿਉਂਕਿ ਉਹਨਾਂ ਨੇ ਤਾਂ ਵਿਲਨ ਵਾਲਾ ਸਾਰੀ ਜ਼ਿੰਦਗੀ ਹੰਢਾਇਆ ਵਿਲਨ ਵਾਲਾ ਕਰੈਕਟਰ, ਅਤੇ ਹੁਣ ਤੁਸੀਂ ਇਸ ਫਿਲਮ ਦੇ ਵਿੱਚ ਐਜ਼ ਅ ਵਿਲਨ ਦਿਖਾਈ ਦੇ ਰਹੇ ਹੋ, ਹੈ ਨਾ, ਅਤੇ ਤੁਹਾਨੂੰ ਹੈਲਪ ਦਿੰਦੇ ਸੀਗੇ ਉਹ ਸ਼ੂਟ ਦੇ ਟਾਈਮ? ਦੇਖੋ ਹੈਲਪ ਤਾਂ ਮੈਂ ਤੁਹਾਨੂੰ ਦੱਸਾਂ ਕਿ ਹੈਲਪ ਤਾਂ ਹਰ ਕੋਈ ਕਰਦਾ ਕਰਦਾ ਜੀ, ਕਾਰਨ ਇਹ ਹੈ ਕਿ ਜੇ ਉਹਨਾਂ ਨੂੰ ਦੇਖਿਆ ਆਪਾਂ ਵਿਲਨ ਦੇ ਕਰੈਕਟਰ 'ਚ, ਔਰ ਇੰਨਾ ਦੇਖਿਆ, ਔਰ ਉਹਨਾਂ ਦੇ ਨਾਲ ਮੈਨੂੰ ਯੂਥ ਦੇ ਹਿਸਾਬ ਨਾਲ ਜੋ ਜੰਗ ਦੱਸੇ ਨੇ, ਉਹ ਵਿਲਨ ਇੱਧਰ ਹੀਰੋ ਨੇ, ਇੱਧਰ ਮੈਂ ਵਿਲਨ ਹਾਂ ਯੂਥ ਦੇ ਹਿਸਾਬ ਨਾਲ, ਅਤੇ ਉਹ ਮੈਨੂੰ ਵਿਲਨ ਕਰਨਾ ਪੈ ਰਿਹਾ ਉਹਨਾਂ ਦੇ ਨਾਲ ਹੋ ਕੇ ਜੀ, ਉਹ ਮੇਰੇ ਲਈ ਤੁਸੀਂ ਮਤ ਸੋਚੋ ਕਿ ਮੇਰੇ ਉੱਤੇ ਕਿੱਡਾ ਵੱਡਾ ਬੋਝ ਸੀਗਾ, ਔਰ ਮੈਂ ਉਹ ਕਿਵੇਂ ਨਿਭਾਇਆ, ਬਹੁਤ ਡਰ ਲੱਗ ਰਿਹਾ ਸੀਗਾ। ਮਤਲਬ ਕਿ ਤੁਹਾਡਾ ਦੋਵਾਂ ਦਾ ਐਜ਼ ਅ ਵਿਲਨ? ਹਾਂਜੀ, ਐਜ਼ ਅ ਵਿਲਨ ਬਹੁਤ ਜ਼ਿਆਦਾ, ਮਤਲਬ ਮੈਂ ਡਰਿਆ ਹੋਇਆ, ਔਰ ਡਰ ਡਰ ਵਿੱਚ ਹੀ ਮੈਂ ਉਹ ਕੰਮ ਕਰ ਦਿੱਤਾ, ਮੈਨੂੰ ਨਹੀਂ ਪਤਾ ਹੁਣ ਬਾਕੀ ਦਰਸ਼ਕਾਂ ਦੇ ਹੱਥ ਵਿੱਚ ਆ, ਉਹਨਾਂ ਦੇ ਸਲੋਨ ਦੇ ਉੱਤੇ ਆ ਕਿ ਦਰਸ਼ਕ ਕਿਵੇਂ ਸਲਾਉਂਦੇ ਨੇ। ਜ਼ਰੂਰ ਭਾਅ ਜੀ, ਕਿਉਂਕਿ ਟ੍ਰੇਲਰ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ, ਅਤੇ ਤੁਹਾਡੀ ਲੁੱਕਸ ਬਹੁਤ ਵਧੀਆ ਲੱਗ ਰਹੀਆਂ ਉਸ ਫਿਲਮ ਦੇ ਟ੍ਰੇਲਰ ਦੇ ਵਿੱਚ ਦੇਖ ਕੇ ਲੱਗਦਾ, ਹੈ ਨਾ, ਐਜ਼ ਅ ਪੂਰਾ ਵਿਲਨ ਵਾਲਾ ਰੋਲ ਲੱਗਦਾ। ਅਤੇ ਭਾਅ ਜੀ ਵਿਲਨ ਦਾ ਰੋਲ ਹੀ ਕਿਉਂ ਚੂਜ਼ ਕਰਦੇ? ਜਿਵੇਂ ਹਸ਼ਰ ਦੇ ਵਿੱਚ ਵੀ ਇੱਕ ਤੁਹਾਡਾ ਵਿਲਨ ਦਾ ਸੀਗਾ, ਹੈ ਨਾ, ਅਤੇ ਕੁਛ ਕੁ ਗਾਣਿਆਂ ਦੇ ਵਿੱਚ ਵੀ ਤੁਹਾਡਾ ਇੱਦਾਂ ਦੇਖਿਆ ਗਿਆ, ਐਜ਼ ਅ ਹੀਰੋ ਕਿਉਂ ਨਹੀਂ ਲੱਗੇ? ਦੇਖੋ ਜੀ ਟ੍ਰਾਈ ਨਹੀਂ ਕਰਦੇ? ਜੇ ਪਹਿਲੀ ਗੱਲ, ਜੇ ਸਾਰੇ ਹੀਰੋ ਬਣ ਗਏ ਵਿਲਨ ਕੌਣ ਕਰੇਗਾ? ਕਹਿੰਦਾ ਕਿ ਚਾਹੀਦਾ ਹੀ ਹੈ ਜੀ ਵਿਲਨ ਬਣਨਾ, ਪਰ ਇੱਦਾਂ ਦੀ ਗੱਲ ਨਹੀਂ ਹੈ ਜੀ। ਜਦੋਂ ਕੋਈ ਰਾਈਟਰ ਲਿਖਦਾ ਨਾ ਜੀ, ਉਹ ਸਾਹਮਣੇ ਰੱਖ ਕੇ ਚਿਹਰਾ ਲਿਖਦਾ ਵਾ, ਉਹ ਸੋਚ ਕੇ ਲਿਖਦਾ ਵਾ, ਇਹ ਮੋਸਟਲੀ ਹੈ 90
ਉਹ ਜਦੋਂ ਲਿਖਦਾ ਵਾ ਚਿਹਰਾ ਸੋਚ ਕੇ ਲਿਖਦਾ ਕਿ ਹਾਂ ਯਾਰ ਇਸ ਨੂੰ ਵਿਲਨ ਆਪਾਂ ਲਵਾਂਗੇ ਅਤੇ ਉਹ ਕੋਸ਼ਿਸ਼ ਹੁੰਦੀ ਆ ਕਿ ਜਦੋਂ ਤੱਕ ਆਏ ਨੇ ਮੇਰੇ ਤੱਕ ਆਏ ਆ ਕਰੈਕਟਰ ਪਸੰਦ ਆਇਆ ਵਾ ਅਤੇ ਕਿਉਂ ਨਾ ਕੀਤਾ ਜਾਵੇ ਅਗਲੇ ਨੇ ਇੰਨੀ ਸ਼ਿੱਦਤ ਦੇ ਨਾਲ ਉਹ ਲਿਖਿਆ ਵਾ ਸੋ ਆਪਣਾ ਫਰਜ਼ ਹੈ ਇਹ ਮਤ ਸੋਚੋ ਕਿ ਆਪਣਾ ਮੈਂ ਵਿਲਨ ਹਾਂ ਜਾਂ ਇਹ ਮਤ ਸੋਚੋ ਕਿ ਮੈਂ ਹੀਰੋ ਹਾਂ ਸਿਰਫ ਤੇ ਸਿਰਫ ਦੇਖੋ ਕਿ ਪਾਤਰ ਕੀ ਕਹਿੰਦਾ ਹੈ ਤੁਹਾਡਾ ਤੁਸੀਂ ਪਾਤਰ ਦੇ ਨਾਲ ਇਨਸਾਫ਼ ਕਿਵੇਂ ਕਰੋਗੇ ਦਰਸ਼ਕਾਂ ਤੱਕ ਉਸ ਫਿਲਮ ਦੀ ਕਹਾਣੀ ਦਾ ਸੁਨੇਹਾ ਮਿਲ ਰਿਹਾ ਪਾਤਰਾਂ ਰਾਹੀਂ ਉਹ ਤੁਸੀਂ ਕਿਵੇਂ ਪਹੁੰਚਾਉਣਾ ਵਾ ਉਹ ਤੁਸੀਂ ਕਿਵੇਂ ਪਲੇਅ ਕਰਨਾ ਵਾ ਇਸ ਚੀਜ਼ 'ਤੇ ਮੈਂ ਤਾਂ ਚਾਹੁੰਦਾ ਕਿ ਇਸ ਚੀਜ਼ 'ਤੇ ਕੰਸਟਰੇਸ਼ਨ ਹੋਣੀ ਚਾਹੀਦੀ ਤੁਹਾਡੀ ਕਿਆ ਬਾਤ ਹੈ ਭਾਈ ਅਤੇ ਭਾਅ ਜੀ ਹੁਣ ਆਪਾਂ ਗੱਲ ਕਰਦੇ ਫਿਲਮ ਦੇ ਸ਼ੂਟ ਦੌਰਾਨ ਫਿਲਮ ਦੇ ਸ਼ੂਟ ਦੌਰਾਨ ਕੋਈ ਇੱਦਾਂ ਦਾ ਐਕਸਪੀਰੀਅੰਸ ਜਾਂ ਕੋਈ ਇੱਦਾਂ ਦਾ ਪਲ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੋਵੇ ਇਹ ਜਿੰਦੜੀ ਫਿਲਮ ਦੀ ਗੱਲ ਕਰ ਰਹੇ ਓਕੇ ਜਿੰਦੜੀ ਫਿਲਮ ਦੀ ਠੀਕ ਹੈ ਜਿੰਦੜੀ ਫਿਲਮ ਦਾ ਜਿਹੜਾ ਐਕਸਪੀਰੀਅੰਸ ਮੈਂ ਤੁਹਾਨੂੰ ਦੱਸਣਾ ਜੀ ਜਿਹੜੇ ਸਾਡੇ ਡਾਇਰੈਕਟਰ ਆਸ਼ੀਸ਼ ਭਾਟੀਆ ਜੀ ਉਹ ਮੈਂ ਬੜੀ ਸ਼ੋਰਟ 'ਚ ਗੱਲ ਦੱਸਾਂਗਾ ਉਹ ਮੈਨੂੰ ਇਸ ਫਿਲਮ ਦੇ ਵਿੱਚ ਲੈਣ ਨੂੰ ਤਿਆਰ ਹੀ ਨਹੀਂ ਸੀ ਬੰਬੇ ਦੇ ਰਹਿਣ ਵਾਲੇ ਜੀ ਸਾਡੇ ਪ੍ਰੋਡਿਊਸਰ ਜਿਹੜੀ ਜੀ ਉਹ ਕਹਿੰਦੇ ਵੀ ਦੇਖੋ ਹਰ ਚੀਜ਼ ਤੁਸੀਂ ਕਿਹਾ ਮੈਂ ਉਹ ਤੁਹਾਡੇ ਮੁਤਾਬਿਕ ਲਈ ਹੈ ਜੀ ਤੁਹਾਡੇ ਮੁਤਾਬਿਕ ਕੀਤੀ ਹੈ ਉਹ ਕਹਿੰਦੇ ਵੀ ਉਹ ਕਹਿੰਦੇ ਸਾਰੀ ਫਿਲਮ ਇਸ ਪਾਤਰ ਦੇ ਆਲੇ ਦੁਆਲੇ ਘੁੰਮਦੀ ਹੈ ਇਸ ਕਰੈਕਟਰ ਦੇ ਆਲੇ ਦੁਆਲੇ ਘੁੰਮਦੀ ਹੈ ਵਿਲਨ ਦੇ ਇੱਦਾਂ ਮੈਂ ਜਿਹੜੀ ਸਾਹਿਬ ਮੈਂ ਇਹ ਨਹੀਂ ਬੰਦਾ ਉਹ ਲਵਾਂਗਾ ਮੈਂ ਜੀ ਭਾਅ ਜੀ ਕਹਿੰਦੇ ਵੀ ਤੂੰ ਸਾਰਾ ਕੁਛ ਜਿਵੇਂ ਕੀਤਾ ਉਵੇਂ ਕਰ ਲਿਆ ਮੈਂ ਤੁਹਾਨੂੰ ਰੋਕਿਆ ਨਹੀਂ ਪਰ ਮੈਂ ਇਹ ਬੰਦਾ ਲੈਣਾ ਚਾਹੁੰਦਾ ਇਸ ਫਿਲਮ ਦੇ ਵਿੱਚ ਉਹਨਾਂ ਦੀ ਪ੍ਰੋਡਿਊਸਰ ਦੀ ਔਰ ਜਿਹੜਾ ਵਾ ਉਸ ਵਕਤ ਪ੍ਰੋਡਿਊਸਰ ਵੀ ਸੀਗੇ ਜਿਹੜੀ ਜੀ ਆਪਣਾ ਜਿਹਨਾਂ ਨੇ ਕਰੈਕਟਰ ਕੀਤਾ ਫਿਲਮ ਦੇ ਵਿੱਚ ਜੀ ਅਤੇ ਉਹਨਾਂ ਦੀ ਲੜਾਈ ਚੱਲ ਰਹੀ ਜੀ ਆਪਸ 'ਚ ਮੈਨੂੰ ਜਦੋਂ ਸੈੱਟ 'ਤੇ ਗਿਆ ਫਸਟ ਡੇ 'ਤੇ ਡਾਇਰੈਕਟਰ ਬੈਠੇ ਆ ਮੈਂ ਉੱਧਰ ਗਿਆ ਵੀ ਡਾਇਰੈਕਟਰ ਬੈਠੇ ਹੋ ਮੇਰਾ ਫਰਜ਼ ਹੈ ਜਾ ਕੇ ਮਿਲਣਾ ਉਹ ਜਦੋਂ ਉਹ ਕੁਰਸੀ 'ਤੇ ਬੈਠੇ ਹੋਏ ਨੇ ਫਸਟ ਡੇ ਆ ਉਹ ਮੈਂ ਜਾ ਕੇ ਜਦੋਂ ਹੱਥ ਮਿਲਾਇਆ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਉਹਨੇ ਨੋਰਮਲ ਤਰੀਕੇ ਨਾਲ ਜਿਵੇਂ ਦੇਖੋ ਆਹ ਦੇਖੋ ਨੋਰਮਲ ਤਰੀਕੇ ਨਾਲ ਐਵੇਂ ਹੱਥ ਮਿਲਾਇਆ ਥੱਲੇ ਕਰਕੇ ਇਗਨੋਰ ਕਰਤਾ ਅਤੇ ਪਰਲੀ ਸਾਈਡ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹ ਮੇਰਾ ਧਿਆਨ ਗਿਆ ਆਪਣੇ ਸਾਹਮਣੇ ਖੜੇ ਸੀਗੇ ਆਪਣਾ ਜਿਹੜੀ ਜੀ ਸਾਡੇ ਪ੍ਰੋਡਿਊਸਰ ਉਹਨਾਂ ਦੇਖਿਆ ਉਹ ਹੌਲੀ ਜਿਹੀ ਨਾ ਵੈਨਿਟੀ ਦੇ ਪਿੱਛੇ ਜੇ ਹੋ ਗਏ ਵੀ ਉਹ ਯਾਰ ਇਹਨੇ ਗੜਬੜ ਕਰਤੀ ਬੰਦੇ ਨੇ ਪਰ ਮੈਂ ਕੁਝ ਕੁਝ ਥੋੜ੍ਹੀ ਸੀ ਇੰਟੂਸ਼ਨਸ ਮੈਨੂੰ ਹੋ ਗਈਆਂ ਵੀ ਕੁਛ ਕੁਛ ਨਾ ਕੁਛ ਲੱਗਦਾ ਵਾ ਜੀ ਉਹ ਫਿਰ ਜਦੋਂ ਇਹ ਚੀਜ਼ ਹੋਈ ਆ ਪਰ ਜਦੋਂ ਮੈਂ ਫਸਟ ਸੀਨ ਹੋਇਆ ਮੇਰਾ ਜੀ ਉਹਨਾਂ ਦੇ ਕੈਮਰਾਮੈਨ ਜੋ ਆਪਣਾ ਉਹਨਾਂ ਦੀ ਟੀਮ ਹੁੰਦੀ ਹੈ ਇੱਕ ਡਾਇਰੈਕਟਰ ਦੀ ਟੀਮ ਹੁੰਦੀ ਹੈ ਇੱਕ ਡਾਇਰੈਕਟਰ ਦਾ ਭਰੋਸਾ ਹੁੰਦਾ ਕਿ ਮੈਂ ਇਸ ਕੈਮਰਾਮੈਨ ਦੇ ਨਾਲ ਕੰਮ ਕਰਾਂਗਾ ਜੀ ਅਤੇ ਤਾਂ ਹੀ ਮੈਂ ਮਤਲਬ ਅੱਛਾ ਰਿਜ਼ਲਟ ਦੇ ਸਕਦਾ ਵਧੀਆ ਉਹਨਾਂ ਦੇ ਕੈਮਰਾਮੈਨ ਨੇ ਹੀ ਦੌੜ ਕੇ ਆ ਕੇ ਮੈਨੂੰ ਕਿਹਾ ਕਿ ਵਿਕਟਰ ਜੀ ਆਹੜਾ ਡਾਇਲੋਗ ਤੁਸੀਂ ਇਸ ਨੂੰ ਇੱਕ ਪੰਚ ਬਣਾ ਕੇ ਚੱਲਿਓ ਡਾਇਲੋਗ ਨੂੰ ਕੰਟੀਨਿਊ ਰੱਖਿਓ ਮੈਨੂੰ ਬਹੁਤ ਅੱਛਾ ਲੱਗਾ ਉਹ ਸਕ੍ਰਿਪਟ ਦੇ ਵਿੱਚ ਨਹੀਂ ਸੀਗਾ ਪਰ ਜਦੋਂ ਡਾਇਰੈਕਟਰ ਨੇ ਵੀ ਕਿਤਨਾ ਕਿਤੇ ਮੈਨੂੰ ਥੋੜ੍ਹਾ ਜਿਹਾ ਮਤਲਬ ਮੇਰੇ ਵੱਲ ਝੁਕੇ ਨੇ ਮੁਹੱਬਤ ਦਿਖਾਈ ਆ ਮੈਨੂੰ ਅਤੇ ਵਿਕਟਰ ਜੀ ਇਹਨੂੰ ਕੰਟੀਨਿਊ ਰੱਖਣਾ ਮੈਂ ਠੀਕ ਹੈ ਸਰ ਮੈਂ ਕੰਟੀਨਿਊ ਰੱਖਾਂਗਾ ਉੱਥੇ ਲਗਾਵ ਜਿਹਾ ਹੋ ਗਿਆ ਇਹ ਸਾਰੀ ਘਟਨਾਵਾਂ ਹੋਣ ਤੋਂ ਬਾਅਦ ਜਿਸ ਦਿਨ ਆਪਾਂ ਡਬਿੰਗ ਕਰਨ ਵਾਸਤੇ ਗਏ ਹਾਂ ਫਿਲਮ ਦੀ ਜੀ ਅਤੇ ਡਬਿੰਗ ਕਰ ਰਹੇ ਹਾਂ ਆਪਾਂ ਡਬਿੰਗ ਦੇ ਦੌਰਾਨ ਸਾਡੇ ਆਪਣਾ ਚੀਮਾ ਸਟੂਡੀਓ ਦੇ ਵਿੱਚ ਗੋਪਾਲ ਜੀ ਨੇ ਸਾਡੇ ਡਬਿਸਟ ਉਹਨਾਂ ਦੇ ਸਾਹਮਣੇ ਗੱਲ ਹੋਈ ਸਾਡੇ ਆਸ਼ੀਸ਼ ਭਾਟੀਆ ਡਾਇਰੈਕਟਰ ਨੇ ਗੱਲ ਕੀਤੀ ਉੱਥੇ ਸਾਡੇ ਪ੍ਰੋਡਿਊਸਰ ਸਾਹਿਬ ਵੀ ਖੜੇ ਜਿਹੜੀ ਉਹਨਾਂ ਨੇ ਗੱਲ ਕਹਿੰਦਾ ਵਿਕਟਰ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਲੈਣ ਦੀ ਤਿਆਰ ਨਹੀਂ ਸੀ ਮੈਂ ਭਾਅ ਜੀ ਇੰਨਾ ਕੁ ਤਾਂ ਮੈਨੂੰ ਪਤਾ ਲੱਗ ਗਿਆ ਸੀ ਉਹ ਕਿਉਂ ਕਹਿੰਦਾ ਯਾਰ ਪਤਾ ਨਹੀਂ ਮੈਨੂੰ ਨਹੀਂ ਲੱਗ ਰਿਹਾ ਸੀ ਵੀ ਤੂੰ ਇਹ ਕਰੈਕਟਰ ਕਰ ਪਾਏਗਾ ਬਟ ਕਹਿੰਦਾ ਜੋ ਜਿਵੇਂ ਤੂੰ ਕਰ ਦਿੱਤਾ ਜਿਵੇਂ ਤੂੰ ਕੀਤਾ ਔਰ ਉਸ ਕਰੈਕਟਰ ਤੋਂ ਕਹਿੰਦਾ ਪਰੇ ਹੋ ਕੇ ਉਹ ਚੀਜ਼ ਦੇ ਦਿੱਤੀ ਜੋ ਸੋਚ ਵੀ ਨਹੀਂ ਸਕਦੇ ਸੀਗੇ ਜਦੋਂ ਮੈਂ ਇੰਨੀ ਗੱਲ ਸੁਣੀ ਹੈ ਤਾਂ ਮਤਲਬ ਇੱਕ ਹੁੰਦਾ ਕਿ ਮਨ ਬਹੁਤ ਇੰਨਾ ਕੁ ਮਤਲਬ ਖੁਸ਼ੀ ਨਾਲ ਭਰ ਗਿਆ ਮੈਂ ਥੈਂਕ ਯੂ ਸਰ ਮਤਲਬ ਕਿ ਜੇ ਤੁਹਾਨੂੰ ਇੱਦਾਂ ਲੱਗਦਾ ਵਾ ਅਤੇ ਮੈਨੂੰ ਲੱਗਦਾ ਕਿ ਨੈਕਸਟ ਟਾਈਮ ਤੋਂ ਜਿਹੜਾ ਵਾ ਕੋਈ ਵੀ ਬੰਦਾ ਵਾ ਜੇ ਉਸਦੇ ਮਨ ਵਿੱਚ ਮੇਰੇ ਪ੍ਰਤੀ ਕੋਈ ਹੋਰ ਗੱਲ ਆ ਵੀ ਜੇ ਇਹ ਸਿਰਫ ਵਿਲਨ ਹੀ ਕਰ ਸਕਦਾ ਹੈ ਐਜ਼ ਐਨ ਹੀਰੋ ਨਹੀਂ ਕੰਮ ਕਰ ਸਕਦਾ ਅਤੇ ਆਪਾਂ ਉਹ ਵੀ ਕਰਨ ਨੂੰ ਤਿਆਰ ਹੈ ਉਹ ਵੀ ਕਰਾਂਗੇ ਕਿਉਂਕਿ ਜਿੰਨੇ ਗਾਣੇ 450-500 ਗਾਣਾ ਕੀਤਾ ਐਜ਼ ਐਨ ਹੀਰੋ ਹੀ ਕੀਤਾ ਵਾ ਠੀਕ ਹੈ ਨਾ ਅਤੇ ਮੈਨੂੰ ਲੱਗਦਾ ਵੀ ਠੀਕ ਹੈ ਸਰ ਮਤਲਬ ਬੜੀ ਖੁਸ਼ੀ ਹੋਈ ਤੋਂ ਤੁਸੀਂ ਅੱਜ ਇਹ ਗੱਲ ਮੈਨੂੰ ਕਹੀ ਹੈ ਸੋ ਉਹ ਫਿਲਮ ਜਦੋਂ ਦੇਖਣਗੇ ਦਰਸ਼ਕ ਦੇਖਣਗੇ ਤਾਂ ਡੈਫੀਨੇਟਲੀ ਇਹ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਯਾਦ ਆਵੇਗੀ ਸੋ ਥੈਂਕ ਯੂ ਆਸ਼ੀਸ਼ ਭਾਟੀਆ ਜੀ ਦਾ ਔਰ ਮੇਰੇ ਪ੍ਰੋਡਿਊਸਰ ਸਾਹਿਬ ਦਾ ਕੀ ਬਾਤ ਹੈ ਭਾਈ ਫਿਲਮ ਵਾਕਈ ਟ੍ਰੇਲਰ ਬਹੁਤ ਵਧੀਆ ਅਤੇ ਫਿਲਮ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਵੱਡੇ ਉੱਪਰ ਹਿੱਟ ਰਹੇ ਅਤੇ ਭਾਅ ਜੀ ਹੁਣ ਆਪਾਂ ਥੋੜ੍ਹਾ ਜਿਹਾ ਗੱਲ ਕਰਦੇ ਇੱਕ ਪਿੱਛੇ ਜੇ ਤੁਹਾਡੀ ਕੰਟਰੋਵਰਸੀ ਹੋਈ ਸੀ ਕਾਫੀ ਟਾਈਮ ਪਹਿਲਾਂ ਹੈ ਨਾ ਕਿ ਤੁਸੀਂ ਸਟੇਜ ਦੇ ਉੱਤੇ ਇੱਕ ਸੀਨ ਹੋਇਆ ਸੀਗਾ ਤੁਹਾਡਾ ਕੋਈ ਸਟੇਜ ਅਵਾਰਡ ਫੰਕਸ਼ਨ ਚੱਲਦਾ ਸੀਗਾ ਅਤੇ ਉੱਥੇ ਉਹ ਤੁਹਾਡੀ ਵਾਇਰਲ ਹੋਈ ਸੀ ਉਹ ਕੀ ਅਸਲ ਮੁੱਦਾ ਸੀਗਾ ਮੁੱਦਾ ਦੇਖੋ ਜੀ ਆਪਣਾ ਯੂਟਿਊਬ ਉੱਤੇ ਪਿਆ ਵਾ ਸਾਰਿਆਂ ਨੇ ਦੇਖਿਆ ਵਾ ਅਤੇ ਕਿਸੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੋੜ ਕੇ ਉਹਨੂੰ ਤੋੜ ਮਰੋੜ ਕੇ ਕੁਛ ਹੋਰ ਹੀ ਦਿਖਾ ਦਿੱਤਾ ਕੁਛ ਹੋਰ ਦੱਸ ਦਿੱਤਾ ਅਸਲ ਸੱਚਾਈ ਤੋਂ ਵੀ ਸਾਰੇ ਵਾਕਫ ਆ ਈਵਨ ਜਿਹੜਾ ਵਾ ਇੱਕ ਉੱਥੇ ਕੀ ਇਹ ਕੁਛ ਅਵਾਰਡ ਹੋਇਆ ਸੀ ਕਿ ਆਪਣਾ ਨੋਮੀਨੀਸ ਕੀਤੇ ਗਏ ਨੇ ਰਾਈਜ਼ਿੰਗ ਸਟਾਰ ਅਵਾਰਡ ਜੀ ਰਾਈਜ਼ਿੰਗ ਜਿਹੜਾ ਵਾ ਸ਼ਬਦ ਮੈਨੂੰ ਲੱਗਦਾ ਕਿ ਆਪਣਾ ਨਾ
ਜਿਹੜੇ ਉੱਭਰ ਰਹੇ ਨੇ ਕਲਾਕਾਰ ਉੱਠ ਰਹੇ ਨੇ ਉਹਨਾਂ ਲਈ ਟੁੱਕਦਾ ਵਾ ਜੀ, ਅਤੇ ਉਹ ਜਿਹੜਾ ਵਾ ਮੇਰੇ ਖਿਆਲ ਨਾਲ ਆਪਾਂ ਤਾਂ ਕੰਮ ਕਰਦੇ ਆ ਰਹੇ ਸੀ ਕੁਛ 8-10 ਸਾਲ ਤੋਂ ਕੰਮ ਕਰ ਰਹੇ ਆ ਰਹੇ ਸੀ ਜੀ, ਅਤੇ ਇੱਕ ਤਾਂ ਨਾਮ ਉਹਦੇ ਵਿੱਚ ਪਾ ਦਿੱਤਾ, ਇੱਕ ਉਹਦੇ ਵਿੱਚ ਉਹ ਚੀਜ਼ਾਂ ਪਾ ਦਿੱਤੀਆਂ, ਫਿਰ ਜੋ ਵੋਟਿੰਗ ਕਰਵਾਈ ਜਨਤਾ ਦੇ ਜਨਤਾ ਤੋਂ, ਉਹ ਜਨਤਾ ਨੇ ਵੋਟਿੰਗ ਜਿੰਨੀ ਕੀਤੀ ਫੇਸਬੁੱਕ 'ਤੇ ਉਹ ਸਭ ਪਤਾ ਜੀ, ਇੰਟਰਵਿਊਜ਼ ਹੋਈਆਂ ਵੀ ਤੁਸੀਂ ਇੰਨੀਆਂ ਵੋਟਾਂ ਲੈ ਚੁੱਕੇ, ਫਿਰ ਵੀ ਜਿਹੜਾ ਵਾ ਉਹ ਛੱਡ ਦਿੱਤਾ ਜੂਰੀ ਦੇ ਫੈਸਲੇ 'ਤੇ ਜੀ, ਜੂਰੀ ਨੇ ਫੈਸਲਾ ਕੀਤਾ ਤਾਂ ਕਿਵੇਂ ਕਰ ਦਿੱਤਾ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਜੀ, ਇਟ ਮੀਨਸ ਜਨਤਾ ਤੋਂ ਤੁਸੀਂ ਵੋਟਾਂ ਐਵੇਂ ਪਾਉਂਦੇ ਰਹੇ ਜੀ, ਪਹਿਲਾਂ ਕਿਉਂ ਨਹੀਂ ਸੀ ਦੱਸਿਆ ਵੀ ਜੂਰੀ ਵੀ ਫੈਸਲਾ ਦੇਗੀ ਜੀ, ਅਤੇ ਮਤਲਬ ਇੱਕ ਤਾਂ ਇਹ ਚੀਜ਼ ਸੀਗੀ, ਨਾਲੇ ਦੂਸਰੀ ਕਿ ਆਪਣਾ ਜਨਤਾ ਨੂੰ ਬੇਵਕੂਫ ਨਾ ਬਣਾਓ, ਘੱਟੋ ਘੱਟ ਜਿਹੜੇ ਕਲਾਕਾਰੀ ਵੱਲ ਜਿਹੜਾ ਹੈਗਾ ਜੀ, ਉਹ ਕਲਾਕਾਰਾਂ ਨੂੰ ਨੁਕਸਾਨ ਨਾ ਪਹੁੰਚਾਓ, ਇਸ ਤਰੀਕੇ ਨਾਲ ਮੇਰੇ ਆਵਾਜ਼ ਉਠਾਉਣ ਦਾ ਇਹ ਮਕਸਦ ਸੀ ਜੀ। ਜੇ ਤੁਸੀਂ ਕਹਿ ਦਿਓ ਕਿ ਕਰਤਾਰ ਚੀਮੇ ਦੇ ਨਾਲ ਮੇਰੇ ਕੁਛ ਲੱਗਦਾ ਜਿੰਮਦਾ ਸੀਗਾ ਜੀ, ਇੱਦਾਂ ਦਾ ਕੁਛ ਨਹੀਂ, ਕਰਤਾਰ ਚੀਮਾ ਜੀ ਔਰ ਮੈਂ ਸਿਕੰਦਰ ਦੇ ਵਿੱਚ ਵੀ ਕੰਮ ਕੀਤਾ, ਫਿਰ ਆਪਾਂ ਨੇ ਜੀ ਇਕੱਠਿਆਂ ਨੇ ਬਿਲਕੁਲ, ਹੁਣ ਸਿਕੰਦਰ ਟੂ ਸਿਕੰਦਰ ਟੂ ਵੀ ਹੁਣ ਜਾ ਰਹੀ ਹੋ, ਬੈਚਮੇਟ ਵੀ ਹੋਏ ਨੇ ਕਰਤਾਰ ਚੀਮਾ ਜੀ ਔਰ ਤਕਰੀਬਨ ਇਕੱਠੇ ਹੀ ਤੁਸੀਂ ਐਂਟਰੀ ਕੀਤੀ ਮੇਰਾ ਖਿਆਲ, ਹਾਂ ਅੱਗੇ ਪਿੱਛੇ ਥੋੜ੍ਹਾ ਥੋੜ੍ਹਾ ਫਰਕ ਸੀਗਾ, ਥੋੜ੍ਹਾ ਫਰਕ ਸੀਗਾ ਆਪਣਾ। ਹਾਂਜੀ ਇਹ ਕੀ ਆ ਕਿ ਆਪਣਾ ਕਰਤਾਰ ਚੀਮਾ ਜੀ ਔਰ ਸਿਕੰਦਰ ਟੂ ਹੁਣ ਫਿਰ ਕਰਨ ਜਾ ਰਹੇ ਜੀ, ਫਿਰ ਜੋ ਹੈ ਉਸਦੇ ਵਿੱਚ ਜੋ ਤੁਸੀਂ ਸਿਕੰਦਰ ਫਿਲਮ ਵੇਖੀ ਹੋਈ ਕਿ ਪਹਿਲੀ ਉਹਦੇ ਵਿੱਚ ਜੋ ਪਾਤਰ ਹੈ ਉਹਨੂੰ ਕੰਟੀਨਿਊ ਕੀਤਾ ਜਾ ਰਿਹਾ ਵਾ ਜੀ, ਈਵਨ ਸਾਡੀ ਡੇਲੀ ਫੋਨ 'ਤੇ ਗੱਲ ਹੁੰਦੀ, ਸਾਡੇ ਵਿੱਚ ਕੋਈ ਇੱਦਾਂ ਨਹੀਂ, ਪਰ ਕੁਛ ਜਿਹੜੇ ਚੈਨਲ ਸੀ ਯੂਟਿਊਬ ਵਾਲਿਆਂ ਨੇ ਕਮਾਲ ਦੀ ਗੱਲ ਬਣਾ ਕੇ ਐਸਾ ਕਰ ਦਿੱਤਾ ਵੀ ਵਾਹ ਵਿਕਟਰ ਤਾਂ ਇੱਦਾਂ ਦਾ ਹੀ ਹੈ। ਅਤੇ ਭਾਅ ਜੀ ਹੁਣ ਇੱਕ ਅੱਜ ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਇੱਕ ਚੱਲ ਰਹੀ ਹੈ ਮੀ ਟੂ ਵਾਲੀ ਹੈ ਨਾ ਜੀ, ਕਾਫ਼ੀ ਜ਼ਿਆਦਾ, ਉਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ ਕਿ ਕਿੰਨੀ ਸਹੀ ਲੱਗਦੀ ਹੈ ਨਹੀਂ? ਦੇਖੋ ਜੀ ਆਪਣਾ ਸਭ ਤੋਂ ਪਹਿਲਾਂ ਇਹ ਗੱਲ ਹੀ ਗਲਤ ਹੈ ਜਦੋਂ ਤੱਕ ਮੈਂ ਮੰਨਦਾ, ਕਿਉਂਕਿ 6 ਮਹੀਨੇ ਪਹਿਲਾਂ ਵਾਲੀ ਗੱਲ ਜਾਂ 6 ਸਾਲ ਵਾਲੀ ਪਹਿਲਾਂ ਗੱਲ, ਠੀਕ ਹੈ ਜੀ, ਉਹ ਜਾਂ 10 ਸਾਲ ਤੋਂ ਪਹਿਲਾਂ ਵਾਲੀ ਗੱਲ, ਉਹ ਇੱਕ ਬਣਾ ਕੇ ਪੇਸ਼ ਕਰਨਾ ਕਿਤੇ ਨਾ ਕਿਤੇ ਆਪਣੀ ਰੰਜਿਸ਼ ਕੱਢਣ ਨੂੰ ਫਿਰਦੇ ਨੇ ਜੀ। ਇਸ ਤੋਂ ਬਿਨਾਂ ਬਹੁਤ ਸਾਰੇ ਮੁੱਦੇ ਨੇ ਜੀ, ਉਹਨਾਂ 'ਤੇ ਕਿਉਂ ਨਹੀਂ ਆਉਂਦੇ, ਉਸ ਚੀਜ਼ ਨੂੰ ਕਿਉਂ ਨਹੀਂ ਉਛਾਲ ਰਹੇ ਜਿਹੜਾ ਐਡਾ ਵੱਡਾ ਮਸਲਾ ਚੱਲ ਰਿਹਾ ਵਾ ਰੇਪ ਦਾ, ਇੰਨੇ ਕੇਸਿਸ ਹੋ ਰਹੇ ਨੇ, ਆ ਤੁਸੀਂ ਦੇਖ ਰਹੇ ਹੋ 9 ਸਾਲ ਦੇ ਬੱਚਿਆਂ ਨਾਲ, 7 ਸਾਲ ਦੇ ਬੱਚਿਆਂ ਨਾਲ, ਪਿੱਛੇ ਸਾਡੇ ਗੁਰਦਾਸਪੁਰ ਇੱਕ ਹੋਇਆ ਉਹ ਦਿਲ ਦਹਿਲਾਉਣ ਵਾਲਾ ਇੱਕ ਜਿਹੜਾ ਸੀਗਾ ਹਾਦਸਾ ਹੋਇਆ, ਈਵਨ ਜਿਹੜਾ ਦਿੱਲੀ ਦੇ ਵਿੱਚ ਦਾਮਨੀ ਜਿਹਨੂੰ ਕਾਂਡ ਨਾਮ ਦਿੱਤਾ ਗਿਆ ਸੀਗਾ, ਤੁਹਾਡੀ ਫਿਲਮ ਦਾ ਵੈਸੇ ਮੇਨ ਮੋਟਿਵ ਸ਼ਾਇਦ ਉਧਰਲੇ ਪਾਸੇ ਜੀ ਜੀ ਜੀ, ਆਪਣੇ ਦਾਮਨੀ ਕੇਸ ਦੇ ਉੱਤੇ ਹੀ ਅਧਾਰਿਤ ਆ, ਉਸ ਨੂੰ ਹੀ ਆਪਾਂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ। ਬਟ ਇਹ ਕਿ ਦੇਖੋ ਮੈਂ ਉਹਦੇ ਵਿੱਚ ਐਜ਼ ਅ ਵਿਲਨ ਕੰਮ ਕੀਤਾ ਮੈਂ ਜੀ, ਬਟ ਇਸ ਦੀ ਜਦੋਂ ਡੱਬਿੰਗ ਦੇ ਦੌਰਾਨ ਮੈਂ ਜਦੋਂ ਸੀਨਸ ਦੇਖ ਰਿਹਾ ਸੀ, ਮੇਰਾ ਖੁਦ ਦਾ ਜਿਹੜਾ ਮਨ ਸੀ ਨਾ, ਦਿਲ ਸੀ, ਉਹ ਇੰਨਾ ਕੁ ਭਰ ਗਿਆ ਕਿ ਇਹ ਯਾਰ ਮਤਲਬ ਮੈਂ ਇਸ ਤਰੀਕੇ ਨਾਲ ਕੀਤਾ ਵਾ, ਅਤੇ ਮੇਰਾ ਮੈਂ ਖੁਦ ਦੁਖੀ ਹੋ ਗਿਆ ਸੀਗਾ, ਮੇਰੇ ਅੱਖਾਂ ਭਰ ਗਈਆਂ ਸੀ। ਔਰ ਈਵਨ ਮੈਂ ਆਪਣੇ ਡਾਇਰੈਕਟਰ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਭਾਅ ਜੀ ਇਹ ਜਿਹੜਾ ਸੀਨ ਹੈ ਨਾ, ਇਹ ਸੀਨ ਵਾਲਾ ਜੋ ਹੈ ਮੈਂ ਡੱਬਿੰਗ 'ਤੇ ਲਾਸਟ ਵਿੱਚ ਡੱਬ ਕਰਾਂਗਾ ਜੀ, ਪਹਿਲਾਂ ਨਹੀਂ ਮੈਂ ਕਰ ਸਕਦਾ ਜੀ। ਔਰ ਤੁਸੀਂ ਦੇਖੋ ਵੀ ਅਸੀਂ ਤਾਂ ਐਕਟ ਕੀਤਾ ਜੀ, ਪਰ ਜਿੱਥੇ ਰਿਐਲਿਟੀ 'ਚ ਹੋਇਆ, ਜਿਸ ਸਮਾਜ ਦੇ ਵਿੱਚ ਹੋਇਆ, ਜਿਸ ਦੇਸ਼ ਦੇ ਵਿੱਚ ਹੋਇਆ, ਉੱਥੋਂ ਦੇ ਲੋਕ ਮਤਲਬ ਉਹਨਾਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਦੇ ਨਾਤੇ ਉਹਨਾਂ ਦੇ ਨਾਲ ਰਿਸ਼ਤੇ ਨਾਤੇ ਆ, ਉਹਨਾਂ ਰਿਸ਼ਤੇ ਨਾਤਿਆਂ ਦੇ ਉੱਤੇ ਕੀ ਬੋਝ ਹੁੰਦਾ ਹੋਵੇਗਾ ਉਹਨਾਂ ਦਾ, ਔਰ ਉਹਨਾਂ ਦੇ ਨਾਲ ਕੀ ਬੀਤਿਆ ਹੋਵੇਗਾ। ਮੈਂ ਚਾਹੁੰਦਾ ਕਿ ਇਸ ਤੋਂ ਬਿਨਾਂ ਜੋ ਹੈ ਨਾ ਉਹ ਤੁਸੀਂ ਛੱਡ ਕੇ ਜਿਹੜੇ ਇੱਦਾਂ ਦੇ ਮਸਲੇ ਨੇ ਜਾਂ ਸਮਾਜ ਦੇ ਕੁਛ ਹੋਰ ਮਸਲੇ ਨੇ ਉਹਨਾਂ 'ਤੇ ਇਹ ਚੀਜ਼ਾਂ ਉਠਾਓ, ਇਹ ਤਾਂ ਮਤਲਬ ਰਹਿਣ ਦੇਣਾ ਚਾਹੀਦਾ। ਹਾਂ ਜੇ ਕੁਛ ਕਿਤੇ ਧੱਕਾ ਹੋਇਆ ਵਾ, ਧੱਕਾ ਹੋ ਰਿਹਾ ਵਾ, ਉਸ ਚੀਜ਼ ਨੂੰ ਉਠਾਇਆ ਜਾਏ ਤਾਂ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਸਮਝਦਾ ਵਾ ਇਹ ਗੱਲ ਆ ਜੀ। ਭਾਅ ਜੀ ਅਤੇ ਆਪਾਂ ਹੁਣ ਭਾਅ ਜੀ ਗੱਲ ਕਰਦੇ ਹਾਂ ਤੁਹਾਡੇ ਫਿਊਚਰ ਪ੍ਰੋਜੈਕਟਸ ਬਾਰੇ, ਕੀ ਲੈ ਕੇ ਆ ਰਹੇ ਹੋ ਅੱਗੇ? ਇੱਦਾਂ ਵੈਬ ਸੀਰੀਜ਼ ਚੱਲ ਰਹੀ ਹੈ ਜੀ ਗੈਂਗਲੈਂਡ ਜੀ, ਔਰ ਫਿਰ ਨੈਕਸਟ ਜਿਹੜਾ ਪ੍ਰੋਜੈਕਟ ਹੈ ਆਪਣਾ ਤਿਆਰੀ ਚੱਲ ਰਹੀ ਹੈ ਜੀ, ਮੈਂ ਪਿੱਛੇ ਤੁਹਾਨੂੰ ਦੱਸ ਕੇ ਗਿਆ ਸਿਕੰਦਰ ਟੂ ਜੀ, ਠੀਕ ਹੈ। ਇੱਕ ਹੋਰ ਪ੍ਰੋਜੈਕਟ ਹੈ ਉਹਦਾ ਮੈਂ ਨਾਮ ਜੋ ਹੈ ਉਹ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਅਜੇ ਮੈਨੂੰ ਪ੍ਰੋਸੈਸ ਨੇ ਉਹ ਮਨਾ ਕੀਤਾ ਹੋਇਆ। ਸੋ ਇਹ ਪਾਈਪ ਲਾਈਨ ਦੇ ਵਿੱਚ ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਜੀ। ਕੀ ਬਾਤ ਹੈ ਭਾਅ ਜੀ, ਉਮੀਦ ਹੈ ਕਿ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟਸ ਵੀ ਇਸੇ ਤਰ੍ਹਾਂ ਲੋਕ ਪਿਆਰ ਦਿੰਦੇ ਰਹਿਣ ਜਿਵੇਂ ਹੁਣ ਤੱਕ ਦਿੰਦੇ ਆਏ ਨੇ, ਹੈ ਨਾ। ਸੋ ਇੱਕ ਵਾਰ ਫਿਰ ਸਾਡੇ ਵੱਲੋਂ ਜਿੰਦੜੀ ਫਿਲਮ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਜਾਣ ਲੱਗੇ ਕੋਈ ਆਡੀਅੰਸ ਨੂੰ ਜਿੰਦੜੀ ਮੂਵੀ ਵੱਲੋਂ ਕੋਈ ਟੀਮ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ ਮੈਸੇਜ ਉਹਨਾਂ ਨੂੰ ਦਿੱਤਾ ਜਾਂਦਾ ਵਾ ਜਿਹੜੇ ਦੂਰ ਦੇ ਹੋਣ ਜੀ, ਲਾਗੇ ਵਾਲਿਆਂ ਨੂੰ ਮੈਸੇਜ ਨਹੀਂ ਦਿੱਤਾ ਜਾਂਦਾ, ਉਹ ਬੁਲਾ ਲਈਦਾ ਤੁਸੀਂ ਆ ਜਾਓ 2 ਨਵੰਬਰ ਨੂੰ ਜਿੰਦੜੀ ਫਿਲਮ ਦੇਖ, ਉਹਨਾਂ ਨੂੰ ਪਤਾ ਵਾ। ਈਵਨ ਉਹ ਦੂਸਰਿਆਂ ਨੂੰ ਸੁਨੇਹਾ ਦੇ ਰਹੇ ਨੇ, ਦੂਸਰਿਆਂ ਨੂੰ ਮੈਸੇਜ ਦੇ ਰਹੇ ਨੇ, ਇੰਨਾ ਮੈਂ ਵਿਸ਼ਵਾਸ ਕਰਦਾ, ਇੰਨਾ ਮੈਨੂੰ ਭਰੋਸਾ ਦਰਸ਼ਕਾਂ ਦੇ ਉੱਤੇ ਜੋ ਪਿਆਰ ਕਰਦੇ ਨੇ ਮੈਨੂੰ, ਜਿਹੜੇ ਦੁਆਵਾਂ ਕਰਦੇ ਨੇ ਮੇਰੇ ਲਈ। ਸੋ 2 ਨਵੰਬਰ ਪਲੀਜ਼ ਸਾਰਿਆਂ ਨੂੰ ਸੁਨੇਹਾ ਦੇ ਦਿਓ ਤੁਸੀਂ, ਥੈਂਕ ਯੂ, ਜਿੰਦੜੀ ਆ ਰਹੀ 2 ਨਵੰਬਰ ਨੂੰ। ਔਰ ਬਹੁਤ ਬਹੁਤ ਸ਼ੁਕਰੀਆ ਆਪਣੇ ਸਤਰੰਗ ਚੈਨਲ ਦਾ ਔਰ ਸਤਵੀਰ ਜੀ ਦਾ, ਜਿਨ੍ਹਾਂ ਨੇ ਇੰਨੇ ਮੁਹੱਬਤ ਭਰੇ
ਸਵਾਲ ਲਾਦ ਕੀਤੇ ਨੇ ਔਰ ਇੰਨੀ ਮੁਹੱਬਤ ਦਿਖਾਈ ਹੈ ਜਿੰਦੜੀ ਫਿਲਮ ਨੂੰ ਔਰ ਮੈਨੂੰ ਔਰ ਮੇਰੇ ਦਰਸ਼ਕਾਂ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਭਾਅ ਜੀ ਤੁਹਾਡਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਅਤੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਸੋ ਇਸੇ ਦੇ ਨਾਲ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵੀ ਤੁਹਾਡੇ ਤੋਂ ਲੈਣਾ ਅਸੀਂ ਇਜਾਜ਼ਤ। ਮਿਲਦੇ ਰਹਾਂਗੇ ਜੀ ਸਤਰੰਗ ਸੈਲੀਬ੍ਰਿਟੀ ਦੇ ਅਗਲੇ ਐਪੀਸੋਡ ਦੇ ਵਿੱਚ ਨਵੀਂ ਨਵੀਂ ਸੈਲੀਬ੍ਰਿਟੀ ਦੇ ਨਾਲ। ਤਦ ਤੱਕ ਦੇ ਸਾਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵਿਕਟਰ ਜੌਨ। ਦੋਸਤੋ ਸਤਰੰਗ ਚੈਨਲ, ਜਿਨ੍ਹਾਂ ਜਿਨ੍ਹਾਂ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਇਹ ਤੁਹਾਡੇ ਲਈ ਬਹੁਤ ਵਧੀਆ ਕਲਾਕਾਰਾਂ ਦੀਆਂ ਗੱਲਾਂ, ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਇਹ ਤੁਹਾਨੂੰ ਰੂਬਰੂ ਕਰਾਉਂਦੇ ਰਹਿਣਗੇ। ਸੋ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।